ਸਾਡੀਆਂ ਦੋ ਜਿਹੜੀਆਂ ਐਕਸਪ੍ਰੈਸ ਸੈਂਟਰੀ ਦੇ ਅੰਦਰ ਐਪਲੀਕੇਸ਼ਨਸ ਅਪਰੂਵ ਹੋਈਆਂ ਨੇ ਰੀਸੈਂਟਲੀ ਉਹ ਸ਼ੇਅਰ ਕਰਨੀਆਂ ਨੇ। ਆਹ ਦੋ ਐਪਲੀਕੈਂਟਸ ਨੇ ਜਿਨ੍ਹਾਂ ਦੀ ਐਕਸਪ੍ਰੈਸ ਸੈਂਟਰੀ ਦੇ ਅੰਦਰ ਕਨਫਰਮੇਸ਼ਨ ਆਫ ਪਰਮਾਨੈਂਟ ਰੈਜੀਡੈਂਸੀ ਹੈ। ਇੱਕ ਫਾਈਲ ਜੂਨ 2023 ਦੇ ਵਿੱਚ ਬਿਗਨਿੰਗ 'ਚ ਲੱਗੀ ਸੀਗੀ ਲਾਸਟ ਈਅਰ, ਔਰ ਇੱਕ ਮਿਡਲ ਆਫ ਜੁਲਾਈ ਦੇ ਵਿੱਚ ਲੱਗੀ ਸੀ। ਦੋਨੋਂ ਐਪਲੀਕੈਂਟ ਸੀ ਕਿਊਬਿਕ ਤੋਂ ਨੇ, ਕਿਊਬਿਕ ਦੇ ਵਿੱਚ ਕੰਮ ਕਰਦੇ ਸੀਗੇ। ਇਹ ਦੋਨੋਂ ਐਪਲੀਕੇਸ਼ਨ ਬਿਗਨਿੰਗ ਆਫ ਮਾਰਚ ਦੇ ਵਿੱਚ ਅਪਰੂਵ ਹੋਈਆਂ ਨੇ। ਥੋੜ੍ਹੀਆਂ ਜਿਹੀਆਂ ਕੰਪਲੈਕਸ ਐਪਲੀਕੇਸ਼ਨ ਹੁੰਦੀਆਂ ਨੇ, ਖਾਸ ਤੌਰ 'ਤੇ ਅਗਰ ਆਪਾਂ ਕਿਊਬਿਕ ਤੋਂ ਅਪਲਾਈ ਕਰਦੇ ਹਾਂ, ਬਿਕੋਜ਼ ਕਿਊਬਿਕ 'ਚੋਂ ਆਪਾਂ ਪਰਮਾਨੈਂਟ ਐਕਸਪ੍ਰੈਸ ਸੈਂਟਰੀ ਦੇ ਅੰਡਰ ਪਰਮਾਨੈਂਟ ਰੈਜੀਡੈਂਸੀ ਲਈ ਐਲੀਜੀਬਲ ਨਹੀਂ ਹੁੰਦੇ। ਸੋ ਦੋਨੋਂ ਹੀ ਐਪਲੀਕੇਸ਼ਨ ਅਪਰੂਵ ਹੋ ਗਈਆਂ। 500 ਤੋਂ ਪਲੱਸ ਸਕੋਰ ਸੀਗਾ ਦੋਨੋਂ ਐਪਲੀਕੈਂਟਸ ਦਾ। ਅੱਜ ਦੀ ਡੇਟ ਦੇ ਵਿੱਚ ਆਪਾਂ ਜਾਣਦੇ ਹਾਂ 534 ਦਾ ਲਾਸਟ ਜਿਹੜਾ ਡਰਾਅ ਆਇਆ ਸੀਗਾ, ਬਟ ਆਈ ਸਟਿਲ ਹੋਪ ਕਿ ਜਿਨ੍ਹਾਂ ਦੇ ਐਪਲੀਕੈਂਟਸ ਦੇ 500 ਦੀ ਰੇਂਜ ਦੇ ਵਿੱਚ ਸਕੋਰ ਹੈਗਾ ਵਾ, ਸੂਨ ਦੇ ਕੇ ਉਹਨਾਂ ਨੂੰ ਇਹ ਚੰਗੀ ਨਿਊਜ਼ ਮਿਲ ਸਕਦੀ ਹੈ ਕਿ ਸਕੋਰ ਜਿਹੜਾ ਵਾ ਡਰੋਪ ਹੋ ਕੇ ਐਕਸਪ੍ਰੈਸ ਐਂਟਰੀ ਦਾ ਇਸ ਲੈਵਲ ਤੱਕ ਆ ਸਕਦਾ ਵਾ, ਕਿਉਂਕਿ ਜਿਹੜੀ PR ਦੀਆਂ ਐਪਲੀਕੇਸ਼ਨਸ ਨੇ ਰੈਗੂਲਰ ਬੇਸਿਸ ਦੇ ਉੱਪਰ ਉਹ ਘੱਟ ਆ ਰਹੀਆਂ ਨੇ IRCC ਦੇ ਕੋਲ, ਅਤੇ ਉੱਥੇ ਡਰੋਪ ਦੇਖਣ ਨੂੰ ਮਿਲ ਰਿਹਾ ਵਾ। ਸੋ ਉਮੀਦ ਰੱਖੀਏ ਕਿ ਆਉਣ ਟਾਈਮ ਦੇ ਵਿੱਚ ਬਹੁਤ ਜਲਦੀ ਜਿਹੜਾ ਇਹ CRS ਸਕੋਰ ਇਹ 500 ਦੇ ਰੇਂਜ ਦੇ ਵਿੱਚ ਆਉਂਦਾ ਹੋਇਆ ਨਜ਼ਰ ਆ ਸਕਦਾ ਵਾ।